ਕੈਸ਼ ਮੈਮਰੀ, ਇਸ ਨੂੰ ਟੈਂਪਰਰੀ ਮੈਮਰੀ ਵੀ ਕਿਹਾ ਜਾਂਦਾ ਹੈ। ਇਸ ਨੂੰ CPU ਕੈਸ਼ ਮੈਮਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੈਮਰੀ ਚਿਪ ਬੇਸਡ ਮੈਮਰੀ ਹੁੰਦੀ ਹੈ। ਸਾਡੇ ਕੰਪਿਊਟਰ ਦੀ ਮੇਨ ਹਾਰਡ ਡਰਾਈਵ ਦੀ ਮੈਮਰੀ ਦੀ ਸਪੀਡ ਬਹੁਤ ਜ਼ਿਆਦਾ ਨਹੀਂ ਹੁੰਦੀ। ਜਦੋਂ ਅਸੀਂ ਕਿਸੇ ਸੂਚਨਾ ਨੂੰ, ਇਨਫੋਰਮੇਸ਼ਨ ਨੂੰ ਬਹੁਤ ਜ਼ਿਆਦਾ ਸਪੀਡ ਨਾਲ ਐਕਸੈਸ ਕਰਨਾ ਹੋਵੇ, ਉਸ ਸਮੇਂ ਅਸੀਂ ਕੈਸ਼ ਮੈਮਰੀ ਦਾ ਪ੍ਰਯੋਗ ਕਰਦੇ ਹਾਂ। ਕੰਪਿਊਟਰ ਸਿਸਟਮ ਦੇ ਵਿੱਚ ਮੇਨ ਮੈਮਰੀ ਦਾ ਐਵਰੇਜ ਐਕਸੈਸ ਟਾਈਮ ਨੂੰ ਘੱਟ ਕਰਨ ਲਈ ਕੈਸ਼ ਮੈਮਰੀ ਦਾ ਉਪਯੋਗ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਕੈਸ਼ ਮੈਮਰੀ ਬਹੁਤ ਹੀ ਛੋਟੀ ਅਤੇ ਤੇਜ਼ ਰਫਤਾਰ ਨਾਲ ਕੰਮ ਕਰਨ ਵਾਲੀ ਮੈਮਰੀ ਹੁੰਦੀ ਹੈ। ਮੇਨ ਮੈਮਰੀ ਦੇ ਵੱਖਰੇ ਵੱਖਰੇ ਲੋਕੇਸ਼ਨਸ ਤੋਂ ਡਾਟਾ ਕੈਸ਼ ਮੈਮਰੀ ਦੇ ਵਿੱਚ ਕਾਪੀ ਹੁੰਦਾ ਹੈ ਅਤੇ ਉਸ ਉੱਪਰ ਪ੍ਰੋਸੈਸਿੰਗ ਕੀਤੀ ਜਾਂਦੀ ਹੈ। CPU ਦੇ ਵਿੱਚ ਵੱਖਰੇ ਵੱਖਰੇ ਕਿਸਮ ਦੇ ਕੈਸ਼ ਮੈਮਰੀ ਲੱਗੀ ਹੁੰਦੀ ਹੈ, ਜਿਸ ਦੇ ਵਿੱਚ ਡਾਟਾ ਅਤੇ ਇੰਸਟਰਕਸ਼ਨ ਨੂੰ ਸਟੋਰ ਕੀਤਾ ਜਾਂਦਾ ਹੈ।